बिस्मिल्लाह रहमान रहीम। अस्सलाम वालेकुम, मैं हाँ थोड़ी भैन पंजाबी पठानी। तुसी देख रहे हो मेरे यूट्यूब चैनल। अल्लाह पाक तुहानू खुश रखे, आबाद रखे। इसे दुआ दे नाल शुरू करते हैं अज दा वलो जी। माशाल्लाह सुबह दी जिहड़ी नमाज ना वो मैं पढ़ ली है, ते हुण दूसरा बाकी जो सीन होणगे अपने भैन भरावां नाल शेयर करांगी। हजे भी अजाना हो रही हैं, इधर हमसाए आंदा ना कुकड़ा वो भी अजाना दे रहा वा। क्यों, सुबह सुबह का टाइम आ, अजाना का टाइम आ, जाहिर है फिर मुर्गे भी इस टाइम जाग जाते हैं। Thank you.
ਜਿਹੜਾ ਵਾ ਨਾ ਸਾਡਾ ਤਿਆਰ ਹੋ ਗਿਆ ਵਾ। ਇਸ ਮਦਾਣੀ ਤੇ ਬੰਦਾ ਲੱਸੀ ਰਿੜ ਕੇ ਨਾ ਇੱਕ ਤਾਂ ਬੰਦੇ ਦੀ ਵਰਦਿਸ਼ ਹੋ ਜਾਂਦੀ ਆ ਤੇ ਇੱਕ ਡੇਢ ਦੋ ਘੰਟੇ ਲੱਗਦੇ ਆ ਰਿੜਕਣ ਦੇ ਵਿੱਚ। ਉਦੋਂ ਹਨੇਰਾ ਸੀਗਾ ਤੇ ਹੁਣ ਨਾ ਦਿਨ ਮੇਰੇ ਖਿਆਲ ਏ ਦਿਨ ਦਾ ਚੜ ਤਕਰੀਬਨ ਚਾਨਣ ਹੋ ਗਿਆ ਵਾ, ਸੁਬਾ ਹੋ ਗਈ ਤੇ ਮੱਖਣ ਕੱਢੂੰਗੀ, ਉਸ ਤੋਂ ਬਾਅਦ ਫਿਰ ਨਾਸ਼ਤਾ ਤਿਆਰ ਕਰਾਂਗੀ। ਜੀ ਮਾਸ਼ਾਅੱਲਾ ਚਾਹ ਜਿਹੜੀ ਆ ਨਾ ਉਬਲ ਗਈ ਆ, ਥੋੜ੍ਹੀ ਜਿਹੀ ਚਾਹ ਨਾ ਚੈੱਕ ਕਰਦੀ ਹਾਂ। ਮੇਰੀ ਤਾਂ ਸੁਬਹਾ ਸੁਬਹਾ ਅੱਖ ਹੀ ਨਹੀਂ ਖੁੱਲਦੀਆਂ ਜਿੰਨਾ ਤੀਕਰ ਚਾਹ ਨਾ ਪੀਵਾਂ, ਅਤੇ ਸਾਡੇ ਪੂਰੇ ਟੱਬਰ ਦੀਆਂ ਅੱਖਾਂ ਸਾੜੀਆਂ ਕਿਹੜੀ ਖੁੱਲਦੀਆਂ ਵਾ, ਸਾਨੂੰ ਇਹ ਦਾ ਕੱਪ ਦੇ ਦੇ। ਖੈਰ ਜੇ ਪੱਕ ਤਾਂ ਜਾਵੇ, ਅਜੇ ਤਾਂ ਕੱਚੀ ਆ। ਉਹ ਸਹੀ, ਆਪਾਂ ਇਦਾਂ ਹੀ ਪੀ ਲੈਣੀ ਆ। ਮਾਸ਼ਾਅੱਲਾ ਪੱਕ ਹੀ ਆ। ਹੁਣ ਮੈਂ ਥੋੜ੍ਹੀ ਜਿਹੀ ਪੱਤੀ ਪਈ ਹੈ ਵਿੱਚ, ਹੁਣ ਚੈੱਕ ਕਰਦੀ ਹਾਂ। ਮਾਸ਼ਾਅੱਲਾ ਚਾਹ ਸਾਡੀ ਤਿਆਰ ਹੋ ਗਈ ਆ। ਇੱਥੇ ਮੈਂ ਮੀਆਂ ਵਾਲੀ ਗਈ ਨਾ, ਅੱਲਾ ਖੈਰ ਰੱਖੇ, ਮੈਂ ਇਸ ਤੋਂ ਵੱਡੀ ਚੈਨਕ ਲੈ ਕੇ ਆਵਾਂਗੀ। ਚੈਨਕ ਤਾਂ ਇੱਥੋਂ ਵੀ ਮਿਲ ਜਾਣੀ ਹੈ ਨਾ, ਉਹ ਪਠਾਨ ਬਾਈ ਦੀ ਦੁਕਾਨ ਦੇ ਜਿਹਨੇ ਦੁਕਾਨ ਪਾਈ ਆ ਬਰਤਨਾਂ ਵਾਲੀ, ਇੱਥੇ ਮਿਲ ਜਾਂਦੀ ਆ। ਇਹਨੂੰ ਪਸ਼ਤ ਚ ਕੀ ਕਹਿੰਦੇ ਆ? ਚਜੋਸ। ਮੈਂ ਕਿਹਾ ਜੋਸ ਕਹਿੰਦਾ। ਸ਼ਾਬਾਸ਼ ਚਜੋਸ। ਮਾਸ਼ਾਅੱਲਾ ਪਰਿੰਦਿਆਂ ਨੂੰ ਨਾ ਅਸੀਂ ਰੋਟੀ ਛੋਟੀ ਛੋਟੀ ਕਰਕੇ ਨਾ ਪਰਿੰਦਿਆਂ ਨੂੰ ਪਾ ਲਈ ਆ, ਅਤੇ ਹੁਣ ਨਾ ਥੋੜ੍ਹੀ ਜਿਹੀ ਚਾਹ ਪੀ ਕੇ ਫਿਰ ਨਾਸ਼ਤਾ ਮੈਂ ਤਿਆਰ ਕਰਦੀ ਹਾਂ ਬੱਚਿਆਂ ਵਾਸਤੇ। ਮੈਂ ਕਿਹਾ ਪਹਿਲੇ ਇਹਨਾਂ ਦਾ ਪੇਟ ਪੂਜਾ ਕਰੀਏ। ਅੱਜ ਨਾ ਪਰਾਂਠੇ ਜਿਹੜੇ ਆ ਨਾ ਉਹ ਬਣਾਵਾਂਗੀ ਮੱਖਣ ਦੇ। ਜਿਹਨਾ ਬਣਾਉਣ ਲੱਗੀ ਹਾਂ ਮੱਖਣ ਦੇ ਪਰਾਂਠੇ। ਵੈਸੇ ਤਾਂ ਅਸੀਂ ਦੇਸੀ ਘਿਓ ਦੇ ਬਣਾਉਂਦੇ ਹਾਂ, ਐਤਕੀ ਨਾ ਮੱਖਣ ਥੋੜ੍ਹਾ ਪਹਿਲੇ ਤਰ੍ਹਾਂ ਜ਼ਿਆਦਾ ਨਹੀਂ ਹੈਗਾ, ਲੇਕਿਨ ਫਿਰ ਵੀ ਅੱਲਾ ਦਾ ਸ਼ੁਕਰ ਆ ਕਿਉਂ
ਜਾਨਵਰਾਂ ਤੋਂ ਬਗੈਰ ਮੇਰੇ ਘਰ ਮੱਖਣ ਹੈਗਾ ਵਾ ਇਹ ਵੀ ਅੱਲਾ ਦਾ ਸ਼ੁਕਰ ਆ ਤੇ ਲੇਕਿਨ ਵੈਸੇ ਤੇ ਜ਼ਿਆਦਾ ਹੋਵੇ ਨਾ ਤੇ ਫਿਰ ਮੈਂ ਦੇਸੀ ਘਿਓ ਬਣਾ ਲੈਂਦੀ ਹਾਂ ਤੇ ਅੱਜ ਮੈਂ ਆਖਿਆ ਮੱਖਣ ਦੇ ਵਿੱਚ ਨਾ ਰੋਟੀਆਂ ਬਣਾ ਲਵਾਂਗੀ ਜੀ ਮਾਸ਼ਾਅੱਲਾ ਸਾਡਾ ਮੱਖਣ ਦਾ ਪਰਾਠਾ ਜਿਹੜਾ ਵਾ ਨਾ ਤਿਆਰ ਹੋ ਗਿਆ ਵਾ ਜਿਹਨੇ ਸਾਡੇ ਨਾਲ ਮੱਖਣ ਦੇ ਪਰਾਠੇ ਖਾਣੇ ਆ ਆਣ ਕੇ ਸਾਡੇ ਨਾਲ ਖਾ ਸਕਦੇ ਆ ਆਂਡਿਆਂ ਨੂੰ ਨਾ ਇਸ ਤਰ੍ਹਾਂ ਮਿਕਸ ਕਰਾਂਗੀ ਇਹਦੇ ਵਿੱਚ ਮੈਂ ਸਿਰਫ ਮਿਰਚ ਅਤੇ ਨਮਕ ਪਾਇਆ ਵਾ ਮਿਰਚ ਜਿਹੜੀ ਹੈ ਨਾ ਉਹ ਹੈਗੀ ਆ ਦੜਾ ਮਿਰਚ ਅਤੇ ਬੜੀ ਤੇਜ਼ ਆ ਜੀ ਮਾਸ਼ਾਅੱਲਾ ਨਾਸ਼ਤਾ ਸਾਡਾ ਨਾ ਤਿਆਰ ਹੋ ਗਿਆ ਵਾ ਨਾਸ਼ਤੇ ਦੇ ਵਿੱਚ ਅਚਾਰ ਆ ਆਂਡੇ ਬਣਾਏ ਆ ਅਤੇ ਨਾਲ ਮੱਖਣ ਆ ਮੱਖਣ ਦੇ ਪਰਾਠੇ ਆ ਅਤੇ ਜਿਹਨੇ ਜਿਹਨੇ ਸਾਡੇ ਨਾਲ ਨਾਸ਼ਤਾ ਕਰਨਾ ਵਾ ਅਤੇ ਆਣ ਕੇ ਸਾਡੇ ਨਾਲ ਨਾਸ਼ਤਾ ਕਰ ਸਕਦੇ ਫਿਲਹਾਲ ਤਾਂ ਘੁੰਮੀ ਜੇ ਉੱਪਰ ਜੀ ਮਾਸ਼ਾਅੱਲਾ ਹਾਂ ਦੂਸਰਾ ਨਾਸ਼ਤਾ ਵੀ ਤਿਆਰ ਕਰ ਲਿਆ ਵਾ ਲੱਸੀ ਵੀ ਬਣਾ ਲਈ ਆ ਅਤੇ ਜਿਹੜਾ ਮੱਖਣ ਕੱਢਿਆ ਸੀ ਨਾ ਅਤੇ ਉਹ ਵੀ ਮੈਂ ਨਾਲ ਨਾ ਬੈਠੀ ਸੀਗੀ ਚੁੱਲ੍ਹੇ ਦੇ ਕੋਲ ਉਹ ਵੀ ਗਰਮ ਕਰ ਲਿਆ ਵਾ ਅਤੇ ਇਹਦੇ ਨਾਲ ਹਲਵਾ ਬਣਾਇਆ ਮਾਸ਼ਾਅੱਲਾ ਬਹੁਤ ਹੀ ਟੇਸਟ ਆ ਹਲਵੇ ਦਾ ਅੱਜ ਅਤੇ ਅਸੀਂ ਤਾਂ ਨਾਸ਼ਤਾ ਕੀਤਾ ਵਾ ਇਹ ਨਾ ਇੱਕ ਬਰਤਨ ਦੇ ਵਿੱਚ ਪਾ ਲਿਆ ਵਾ ਮੈਂ ਆਖਿਆ ਬਾਅਦ ਵਿੱਚ ਜਦੋਂ ਬੱਚਿਆਂ ਨੂੰ ਭੁੱਖ ਲੱਗੇਗੀ ਨਾ ਅਤੇ ਖਾ ਲੈਣਗੇ ਅਤੇ ਅਸੀਂ ਨਾ ਇੱਧਰ ਵਾਲਾ ਤਾਂ ਮੁਕੰਮਲ ਮੈਂ ਦੂਸਰਾ ਕਿਚਨ ਦਾ ਵੀ ਕਰ ਲਿਆ ਵਾ ਸੁਬਹਾ ਦੀ ਜਿਹੜੀ ਰੂਟੀਨ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕੀਤੀ ਆ ਅਤੇ ਇਸੀ ਵੀਡੀਓ ਦਾ ਮੈਂ ਇੱਥੇ ਕਰਾਂਗੀ ਐਂਡ ਅੱਜ ਦਾ ਵਲੋਗ ਮੇਰਾ ਇਹ ਸੀ ਅਗਰ ਮੇਰਾ ਵਲੋਗ ਪਸੰਦ ਆਇਆ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਜ਼ਰੂਰ ਕਰੇ ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼